ਮੈਨੂੰ ਨਾ ਤੁਹਾਡੇ ਦੋਵੇਂ ਜੋੜੀ ਦੇਖ ਰਹੇ, ਮੈਨੂੰ ਸਿੱਧੂ ਮੂਸੇਵਾਲਾ ਯਾਦ ਆਉਣ ਲੱਗ ਗਿਆ। ਉਹ ਅਤੇ ਬਲਕੌਰ ਸਿੰਘ ਜਿਹੜੇ ਉਹਦੇ ਫਾਦਰ ਹੈਗੇ ਆ, ਉਹ ਇਕੱਠੇ ਜਾਂਦੇ ਹੁੰਦੇ ਸੀਗੇ। ਤਾਂ ਇਹ ਜਿਹੜੀ ਅਰਮਾਨ ਬਈ ਜ਼ਿੰਦਗੀ 'ਚ ਇਹ ਜਿਹੜੀ ਮੂਵਮੈਂਟ ਆ, ਇਹ ਬੜੀ ਇੰਪੋਰਟੈਂਟ, ਬੜੀ ਪ੍ਰੀਸ਼ੀਅਸ ਆ। ਇਹਦਾ ਕਿੰਨਾ ਕੁ ਤੁਸੀਂ ਸਮਾਂ ਯੂਨੋ ਆਨੰਦ ਲਿਆ? ਨਹੀਂ ਨਹੀਂ, ਮੈਨੂੰ ਲੱਗਦਾ ਵੀ ਆਪਦੇ ਬੱਚੇ ਦੇ ਕੰਮ ਨੂੰ ਸਪੋਰਟ ਕਰਨ ਵਾਸਤੇ ਹਰ ਮਾਪਿਆਂ ਆਉਂਦਾ ਨਾਲ, ਜਿੱਥੇ ਵੀ ਕੋਈ ਵੀ ਕਾਰਜ ਹੋਵੇ, ਆ ਫਿਲਮ ਦੇ ਪ੍ਰਮੋਟ ਕਰ ਰਹੇ ਹਾਂ, ਮੇ ਬੀ ਸ਼ਾਇਦ ਜਿਹਨਾਂ, ਜੇ ਤੁਸੀਂ ਨਹੀਂ ਕਿਸੇ ਦੇ ਮਦਰ ਫਾਦਰ ਦੇਖੇ, ਸ਼ਾਇਦ ਉਹ ਕੈਮਰੇ ਅੱਗੇ ਨਹੀਂ ਆਏ ਹੋਣਗੇ, ਪਰ ਪਿੱਛੋਂ ਆਪਦੇ ਜਵਾਕ ਨੂੰ, ਆਪਦੇ ਪੁੱਤ ਨੂੰ, ਆਪਦੀ ਕੁੜੀ ਨੂੰ ਹਰ ਮਾਪਿਆਂ ਸਪੋਰਟ ਕਰਦਾ। 30-35 ਸਾਲ ਤੋਂ ਮੈਂ ਗਾਣੇ ਲਿਖ ਰਿਹਾ, ਉਹ ਕਦੇ ਵੀ ਲੇਡੀਜ਼ ਨੇ ਇਹ ਨਹੀਂ ਕਿਹਾ ਤੁਸੀਂ ਕੀ ਲਿਖ ਰਹੇ ਹੋ, ਕੀ ਕਰ ਰਹੇ ਹੋ। ਜਦੋਂ ਗਾਣਾ ਆ ਜਾਂਦਾ ਉਦੋਂ ਸੁਣ ਲੈਂਦੇ ਨੇ, ਉਦੋਂ ਫਿਰ ਕਮੈਂਟ ਦਿੰਦੇ ਨੇ, ਠੀਕ ਹੈ, ਵਧੀਆ ਜਾਂਦਾ, ਵਧੀਆ ਟੀਵੀ 'ਤੇ ਚੱਲਦਾ, ਵਧੀਆ। ਤਾਂ ਬਚਨ ਬੇਦੀ ਸਾਹਿਬ ਦਾ ਜਿਹੜਾ ਨਾਮ ਹੈਗਾ, ਉਹ ਪੂਰੀ ਮਿਊਜ਼ਿਕ ਇੰਡਸਟਰੀ, ਪੂਰੀ ਇੰਡਸਟਰੀ ਵਿੱਚ ਬਹੁਤ ਵੱਡਾ ਆ। ਤਾਂ ਅਰਮਾਨ ਦੇ ਦਿਲ 'ਚ ਇਹ ਡਰ ਰਹਿੰਦਾ ਕਿ ਯਾਰ ਮੈਂ ਕੰਮ ਐਸਾ ਕਰਾਂ ਤਾਂ ਕਿ ਮੇਰੇ ਪਿਓ ਦੀ ਜਾਂ ਮੇਰੇ ਫਾਦਰ ਦੀ ਇੱਜ਼ਤ ਨੂੰ ਦਾਗ ਨਾ ਲੱਗੇ? ਅਰਮਾਨ ਕੁਛ ਵੀ ਕਰ ਸਕਦਾ, ਪਰ ਅਰਮਾਨ ਬੇਦਲ, ਜਦੋਂ ਬੇਦਲ ਨਾਮ ਪਿੱਛੇ ਲੱਗ ਜਾਂਦਾ, ਸੋ ਉਹਨੂੰ ਬਹੁਤ ਉਹਦੇ ਮੋਢਿਆਂ 'ਤੇ ਭਾਰ ਆ ਜਾਂਦਾ ਵੀ ਕੋਈ ਕਦੇ ਕੁਛ ਕਿਸੇ ਨੂੰ ਐਸੀ ਗੱਲ ਨਾ ਕਰ ਦਈਏ ਜਾਂ ਕੋਈ ਐਸਾ ਕੰਮ ਨਾ ਕਰ ਦਈਏ ਜਿਹਦੇ ਕਰਕੇ ਮੁਸ਼ਕਿਲ ਆ ਜਾਣ ਕਿਤੇ ਵੀ, ਹੈ ਨਾ। ਅਤੇ ਮੈਂ ਹਮੇਸ਼ਾ ਹੀ ਇਹਨਾਂ ਨੂੰ ਸਮਝਾਇਆ ਕਿ ਇਮਾਨਦਾਰੀ ਨਾਲ ਕੰਮ ਕਰੋ, ਸਖਤ ਮਿਹਨਤ ਕਰੋ, ਆਪਣੇ ਕੰਮ ਪ੍ਰਤੀ ਵਫ਼ਾਦਾਰ ਰਹੋ, ਨਿਮਰਤਾ ਰੱਖੋ। ਬੜਾ ਘੱਟ ਦੇਖਣ ਨੂੰ ਮਿਲਦਾ ਜਦੋਂ ਫਾਦਰ ਅਤੇ ਸਨ ਦੀ ਜੋੜੀ ਇਕੱਠੇ ਪ੍ਰੋਜੈਕਟ ਨੂੰ ਪ੍ਰਮੋਟ ਕਰਨ ਐਂਡ ਇਕੱਠੇ ਕੈਮਰੇ 'ਤੇ ਕੈਪਚਰ ਹੋਣ। ਤਾਂ ਇਹ ਜੋੜੀ ਸਾਰਿਆਂ ਨੂੰ ਬੜੀ ਪਸੰਦ ਹੈ, ਅਤੇ ਮੁਲਾਕਾਤ ਕਰਦੇ ਹਾਂ, ਗੱਲਬਾਤ ਕਰਦੇ ਹਾਂ ਬਾਈ ਅਰਮਾਨ ਐਂਡ ਬਚਨ ਬੇਦੀ ਸਾਹਿਬ ਨਾਲ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਪੈਸ਼ਲ ਮੈਂ ਪਿਓ ਤੁਹਾਨੂੰ ਅੱਜ ਤਾਂ ਬਿਠਾਇਆ, ਮੈਂ ਕਿਹਾ ਵੀ ਦੇਖ ਸਕੀਏ ਵੀ, ਕਿਉਂਕਿ ਮੁੰਡੇ ਦੀ ਫਿਲਮ ਹੋਵੇ ਤਾਂ ਫਾਦਰ ਸਾਹਿਬ ਦਾ ਆਉਣਾ ਮੇਰੇ ਕਿਹਾ ਬੜਾ ਘੱਟ ਦੇਖਣ ਨੂੰ ਮਿਲਦਾ ਅਰਮਾਨ ਬਾਈ, ਕਿਉਂਕਿ ਨਾ ਮੈਨੂੰ ਨਾ ਤੁਹਾਡੇ ਦੋਵੇਂ ਜੋੜੀ ਦੇਖ ਰਹੇ, ਮੈਨੂੰ ਸਿੱਧੂ ਮੂਸੇਵਾਲਾ ਯਾਦ ਆਉਣ ਲੱਗ ਗਿਆ। ਉਹ ਅਤੇ ਬਲਕੌਰ ਸਿੰਘ ਜਿਹੜੇ ਉਹਦੇ ਫਾਦਰ ਹੈਗੇ ਆ, ਉਹ ਇਕੱਠੇ ਜਾਂਦੇ ਹੁੰਦੇ ਸੀਗੇ। ਤਾਂ ਇਹ ਜਿਹੜੀ ਅਰਮਾਨ ਬਈ ਜ਼ਿੰਦਗੀ 'ਚ ਇਹ ਜਿਹੜੀ ਮੂਵਮੈਂਟ ਆ, ਇਹ ਬੜੀ ਇੰਪੋਰਟੈਂਟ, ਬੜੀ ਪ੍ਰੀਸ਼ੀਅਸ ਆ। ਇਹਦਾ ਕਿੰਨਾ ਕੁ ਤੁਸੀਂ ਸਮਾਂ ਯੂਨੋ ਆਨੰਦ ਲਿਆ? ਨਹੀਂ ਨਹੀਂ, ਮੈਨੂੰ ਲੱਗਦਾ ਵੀ ਆਪਦੇ ਬੱਚੇ ਦੇ ਕੰਮ ਨੂੰ ਸਪੋਰਟ ਕਰਨ ਵਾਸਤੇ ਹਰ ਮਾਪਿਆਂ ਆਉਂਦਾ ਨਾਲ, ਜਿੱਥੇ ਵੀ ਕੋਈ ਵੀ ਕਾਰਜ ਹੋਵੇ, ਆ ਫਿਲਮ ਦੇ ਪ੍ਰਮੋਟ ਕਰ ਰਹੇ ਹਾਂ, ਮੇ ਬੀ ਸ਼ਾਇਦ ਜਿਹਨਾਂ, ਜੇ ਤੁਸੀਂ ਨਹੀਂ ਕਿਸੇ ਦੇ ਮਦਰ ਫਾਦਰ ਦੇਖੇ, ਸ਼ਾਇਦ ਉਹ ਕੈਮਰੇ ਅੱਗੇ ਨਹੀਂ ਆਏ ਹੋਣਗੇ, ਪਰ ਪਿੱਛੋਂ ਆਪਦੇ ਜਵਾਕ ਨੂੰ, ਆਪਦੇ ਪੁੱਤ ਨੂੰ, ਆਪਦੀ ਕੁੜੀ ਨੂੰ ਹਰ ਮਾਪਿਆਂ ਸਪੋਰਟ ਕਰਦਾ। ਸੋ ਮੇਰੇ ਫਾਦਰ ਸਾਹਿਬ ਐਂ ਵੀ ਕੈਮਰੇ ਅੱਗੇ ਆ ਕੇ ਅਸੀਂ ਰੂਬਰੂ ਹੁੰਦੇ ਹਾਂ ਹਰ ਵਾਰ, ਸੋ ਇੱਦਾਂ ਲੱਗਦਾ ਕਿ ਵੀ ਸਿਰਫ ਵੀ ਮੇਰੇ ਲਈ ਵੀ ਮੈਨੂੰ ਬਸ ਉਹ ਕੁੱਲ ਮਿਲਾ ਕੇ ਕਿ ਹਰ ਮਾਪਿਆਂ ਆਪਦੇ ਜਵਾਕ ਨੂੰ ਸਪੋਰਟ ਕਰਨ ਵਾਸਤੇ ਜਿੱਥੇ ਵੀ ਉਹਨਾਂ ਨੂੰ ਬਣਦਾ ਹੁੰਦਾ ਉਹ ਵੀ ਮਾਪਿਆਂ ਪਹੁੰਚਦਾ। ਮੈਂ ਨਾ ਇੱਕ ਵਾਰ ਨਾ ਤੁਹਾਨੂੰ ਦੋਨਾਂ ਨੂੰ ਇਕੱਠੇ ਇੱਥੇ ਰੱਖਣਾ ਚਾਹੂੰਗਾ ਬਈ, ਤੁਸੀਂ ਇੱਧਰ ਆ ਜਾਓ। ਤਾਂ ਬਚਨ ਸਾਹਿਬ, ਜਿਵੇਂ ਮੈਂ ਕਿਹਾ ਨਾ ਕਿ ਪੁੱਤ ਦੇ ਪ੍ਰੋਜੈਕਟ ਦੀ ਭਾਵੇਂ ਗਾਣਾ ਹੋਵੇ, ਫਿਲਮ ਹੋਵੇ, ਦੋਨਾਂ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਤਾਂ ਬਚਨ ਸਾਹਿਬ ਨੇ ਜਿਹੜਾ ਅਰਮਾਨ ਦੀ ਜ਼ਿੰਦਗੀ 'ਚ ਫਿਲਮਾਂ ਵਾਲਾ ਦੌਰ ਰਿਹਾ, ਇਹਦਾ ਬਚਨ ਸਾਹਿਬ ਤੁਸੀਂ ਕਿੰਨਾ ਕੁ ਆਨੰਦ ਲਿਆ? ਬਹੁਤ, ਜਿਵੇਂ ਕਿ ਸੁਖ ਸਿੰਘ ਗੜਾ ਜਿਹੜਾ ਹੈਗੇ ਨੇ, ਬੜੇ ਕਾਮਯਾਬ ਡਾਇਰੈਕਟਰ ਪ੍ਰੋਡਿਊਸਰ ਰਹੇ ਹੋ, ਅਤੇ ਉਹ ਦੂਜੀ ਫਿਲਮ ਉਹਨਾਂ ਨਾਲ ਆ ਰਹੀ ਹੈ ਜੀ, ਅਤੇ ਬੜੀ ਮਿਹਨਤ ਨਾਲ ਪੂਰੀ ਟੀਮ ਨੇ ਕੰਮ ਕੀਤਾ, ਅਤੇ ਅਰਮਾਨ ਵੀ ਪੂਰਾ ਜਾਣੀ ਕਿ ਮਿਹਨਤ ਕਰ ਰਿਹਾ ਹਾਲੇ। ਸੋ ਮੈਨੂੰ ਆਸ ਹੈ ਕਿ ਇਹ ਫਿਲਮ, ਜਿਵੇਂ ਟ੍ਰੇਲਰ ਦੇਖਿਆ ਮੈਂ, ਇਹ ਕਾਮਯਾਬ ਹੋਊਗੀ, ਮਿਹਨਤ ਜਾਰੀ ਹੈ। ਬਜੇ ਸਾਹਿਬ, ਜਦੋਂ ਤੁਹਾਡਾ ਪੁੱਤ ਜਦੋਂ ਬੁਲੰਦੀਆਂ ਵੱਲ ਚੜ੍ਹ ਰਿਹਾ ਹੋਵੇ ਨਾ, ਕਿਉਂਕਿ ਅਰਮਾਨ ਦਾ ਜੇ ਸਟਰਗਲ ਦੇਖਿਆ ਜਾਵੇ ਗਾਣਿਆਂ ਵਾਲੇ ਪਾਸੇ, ਬਹੁਤ ਲੰਬਾ ਆ ਇੰਡਸਟਰੀ, ਮਿਊਜ਼ਿਕ ਇੰਡਸਟਰੀ ਵਿੱਚ ਬੜਾ ਇਹਨਾਂ ਦਾ ਵੱਡਾ ਸਟਰਗਲ ਰਿਹਾ, ਹੈ ਨਾ। ਤਾਂ ਜਦੋਂ ਇਹ ਫਿਲਮਾਂ 'ਚ ਆਉਣ ਵਾਲੇ ਸੀਗੇ, ਤਾਂ ਤੁਹਾਡੇ ਵੱਲੋਂ ਅਰਮਾਨ ਨੂੰ ਕੋਈ ਰਾਏ ਦਿੱਤੀ ਗਈ, ਕੋਈ ਸਮਝਾਇਆ ਗਿਆ ਕਿ ਅਰਮਾਨ ਬੇਟਾ ਦੇਖੇ ਜ਼ਿੰਮੇਵਾਰੀ ਬਹੁਤ ਵੱਡੀ ਆ, ਕਿਉਂਕਿ ਐਕਟਿੰਗ ਕਰਨੀ ਕੋਈ ਸੌਖੀ ਨਹੀਂ ਹੁੰਦੀ, ਗਾਣਿਆਂ ਵਾਲੇ ਪਾਸੇ ਦਾਅ ਪੇ 'ਚ ਲੱਗ ਜਾਂਦਾ, ਕਿਉਂਕਿ ਲੋਕ ਮਿਊਜ਼ਿਕ ਬਣਾਉਂਦੇ ਨੇ, ਗਾਣਿਆਂ 'ਚ ਕਿੰਨੀ ਕੁ ਐਕਟਿੰਗ ਬੰਦਾ ਕਰ ਲੈਂਦਾ। ਤਾਂ ਜਦੋਂ ਫਿਲਮ ਵਾਲਾ ਯੂਨੋ ਜਦ ਦਾਅ ਪੇ 'ਚ ਲੱਗਣਾ ਸ਼ੁਰੂ ਹੋਇਆ, ਤਾਂ ਬਚਨ ਸਾਹਿਬ ਤੁਹਾਡੇ ਵੱਲੋਂ ਕੁਛ ਅਰਮਾਨ ਨੂੰ ਦੱਸਿਆ ਗਿਆ ਕਿ ਅਰਮਾਨ ਬੇਟਾ ਇੱਦਾਂ ਨਹੀਂ, ਤੁਸੀਂ ਇੱਦਾਂ ਵਰਕ ਕਰੋ? ਦੇਖੋ, ਨਵਾਂ ਬੰਦਾ ਹੁੰਦਾ ਜਦੋਂ ਕੋਈ ਲਾਈਨ ਦੇ ਵਿੱਚ, ਅਤੇ ਮੈਂ ਹਮੇਸ਼ਾ ਹੀ ਇਹਨਾਂ ਨੂੰ ਸਮਝਾਇਆ ਕਿ ਇਮਾਨਦਾਰੀ ਨਾਲ ਕੰਮ ਕਰੋ,
ਸਖਤ ਮਿਹਨਤ ਕਰੋ ਅਤੇ ਕੰਮ ਪ੍ਰਤੀ ਵਫ਼ਾਦਾਰ ਰਹੋ, ਨਿਮਰਤਾ ਰੱਖੋ। ਸੋ ਉਹਦੇ ਵਿੱਚ ਇਹਨੇ ਹਮੇਸ਼ਾ ਜਿੰਨਾ ਮੈਂ ਇਹਨੂੰ ਕਹਿ ਉਨੀ ਇਹਨੇ ਮਿਹਨਤ ਕੀਤੀ, ਉਸ ਵੱਧ ਕੇ ਮਿਹਨਤ ਕੀਤੀ। ਜਿਵੇਂ ਪਿਛਲੇ ਬੋਡੀ ਦਾ ਭਾਰ ਵੱਧ ਗਿਆ ਸੀ ਅਤੇ ਫਿਰ ਮੈਂ ਇਹਨੂੰ ਸਖਤੀ ਨਾਲ ਥੋੜ੍ਹਾ ਜਿਹਾ ਕਿਹਾ, ਫਿਰ ਇਹਨੇ ਕਾਫ਼ੀ ਭਾਰ ਯਾਨੀ ਕਿ ਆਪਦਾ ਲੂਜ਼ ਕੀਤਾ। ਸੋ ਇਹ ਗੱਲ ਮੰਨ ਵੀ ਲੈਂਦਾ। ਮੈਂ ਕਿਹਾ ਦਿਨ ਰਾਤ ਮਿਹਨਤ ਕਰਨੀ, ਭਾਵੇਂ ਆਪਣੇ ਕੰਮ ਵਾਸਤੇ ਹੋਵੇ, ਭਾਵੇਂ ਆਪਣੇ ਸਰੀਰ ਵਾਸਤੇ ਹੋਵੇ, ਤਾਂ ਜਦੋਂ ਤੁਹਾਡੀ ਫੈਮਿਲੀ ਵਿੱਚ ਇੱਕ ਇਨਸਾਨ ਇੱਦਾਂ ਦਾ ਹੋਵੇ ਨਾ ਕਿ ਜਿਹਦਾ ਬੜਾ ਵੱਡਾ ਨਾਮ ਹੈ ਇੰਡਸਟਰੀ ਵਿੱਚ, ਹੈ ਨਾ, ਤਾਂ ਉਹ ਕਿਤੇ ਨਾ ਕਿਤੇ ਨਾ ਪੁੱਤ ਵਾਸਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ। ਤਾਂ ਬਚਨ ਬੇਦੀਲ ਸਾਹਿਬ ਦਾ ਜਿਹੜਾ ਨਾਮ ਹੈਗਾ ਉਹ ਪੂਰੀ ਮਿਊਜ਼ਿਕ ਇੰਡਸਟਰੀ, ਪੂਰੀ ਇੰਡਸਟਰੀ ਵਿੱਚ ਬਹੁਤ ਵੱਡਾ ਆ। ਤਾਂ ਅਰਮਾਨ ਦੇ ਦਿਲ 'ਚ ਇਹ ਡਰ ਰਹਿੰਦਾ ਕਿ ਯਾਰ ਮੈਂ ਕੰਮ ਐਸਾ ਕਰਾਂ ਤਾਂ ਕਿ ਮੇਰੇ ਪਿਓ ਦੀ ਜਾਂ ਮੇਰੇ ਫਾਦਰ ਦੀ ਇੱਜ਼ਤ ਨੂੰ ਦਾਗ ਨਾ ਲੱਗੇ, ਜਾਂ ਉਹਨਾਂ ਦਾ ਜਿਹੜਾ ਨਾਮ ਹੈਗਾ ਉਹਨਾਂ ਨੂੰ ਮੈਂ ਕਿਤੇ ਨਾ ਕਿਤੇ ਬਰਕਰਾਰ ਰੱਖ ਸਕਾਂ। ਬਿਲਕੁਲ ਬਿਲਕੁਲ ਬਿਲਕੁਲ, ਉਹ ਤਾਂ ਹੈ ਹੀ। ਉਹ ਅਰਮਾਨ ਕੁਛ ਵੀ ਕਰ, ਮੈਂ ਹਰ ਵਾਰ ਕਹਿੰਦਾ ਹੁੰਦਾ ਅਰਮਾਨ ਕੁਛ ਵੀ ਕਰ ਸਕਦਾ, ਪਰ ਅਰਮਾਨ ਬੇਦਲ ਜਦੋਂ ਬੇਦਲ ਨਾਮ ਪਿੱਛੇ ਲੱਗ ਜਾਂਦਾ, ਸੋ ਉਹਨੂੰ ਬਹੁਤ ਉਹਦੇ ਮੋਢਿਆਂ 'ਤੇ ਭਾਰ ਆ ਜਾਂਦਾ ਵੀ ਕੋਈ ਕਦੇ ਕੁਛ ਕਿਸੇ ਨੂੰ ਐਸੀ ਗੱਲ ਨਾ ਕਰ ਦਈਏ ਜਾਂ ਕੋਈ ਐਸਾ ਕੰਮ ਨਾ ਕਰ ਦਈਏ ਜਿਹਦੇ ਕਰਕੇ ਜੋ ਹੈ ਉਹ ਮੁਸ਼ਕਿਲ ਆ ਜਾਣ ਕਿਤੇ ਵੀ, ਹੈ ਨਾ। ਅਤੇ ਮੈਨੂੰ ਹਰ ਇਹ ਹੁੰਦਾ ਕਿ ਮੈਂ ਮਿਹਨਤ ਜਿੰਨੀ ਮੈਂ ਕਰ ਸਕਾਂ ਮੈਂ ਡਬਲ ਕਰਾਂ, ਚਾਹੇ ਉਹ ਆਪਣੀ ਐਕਟਿੰਗ ਲਈ, ਚਾਹੇ ਮੈਂ ਗਾਣਿਆਂ ਲਈ, ਚਾਹੇ ਉਹ ਮੈਂ ਪਿਛਲੇ ਜਿਹੜਾ ਮੈਂ ਥੋੜ੍ਹਾ ਟ੍ਰਾਂਸਫਾਰਮ ਕੀਤਾ ਆਪਣੇ ਆਪ ਨੂੰ, ਕੋਸ਼ਿਸ਼ ਹੈ ਹਾਲੇ ਵੀ ਚੱਲ ਰਹੀ ਹੈ। ਚਲੋ ਅਤੇ ਕਿ ਕੰਮ ਇੱਦਾਂ ਦੇ ਕੰਮ ਕਰੀਏ ਜਿਹੜੇ ਮਾਪੇ ਖੁਸ਼ ਹੋਣ, ਵੀ ਡੈਡੀ ਕਹਿਣ ਵੀ ਗੁੱਡ ਵੈਰੀ ਗੁੱਡ, ਚੱਕ ਦੋ ਫੱਟੇ, ਹੈ ਨਾ। ਸੋ ਮੇਰੀ ਅਕਸਰ ਕੋਸ਼ਿਸ਼ ਇੱਦਾਂ ਦੀ ਰਹਿੰਦੀ ਵੀ ਕੰਮ ਜਿਹੜੇ ਹੈ ਸੋਚ ਸਮਝ ਕੇ ਵਿਚਾਰ ਕਰਕੇ ਫਾਦਰ ਨਾਲ ਸਲਾਹ ਲੈ ਕੇ ਕਰੇ ਜਾਂਦੇ। ਬਸ ਸਰ, ਜਦੋਂ ਅਰਮਾਨ ਜਿਹੜਾ ਪਹਿਲੀ ਵਾਰ ਜਦੋਂ ਕਰਨ ਲੱਗਿਆ ਸੀਗਾ ਕੰਮ ਐਕਟਿੰਗ ਵਾਲੇ ਪਾਸੇ, ਤਾਂ ਮੈਂ ਨਾ ਕੁਛ ਇਮੋਸ਼ਨਲ ਮੂਮੈਂਟ ਜਾਣਨੀ ਚਾਹੂੰਗਾ ਜਿਹੜੀ ਫਾਦਰ ਅਤੇ ਸੰਨ ਦੇ ਵਿੱਚ ਹੋਈ ਹੋਵੇ ਗੱਲਬਾਤ, ਜਿਹੜੀ ਕਿਤੇ ਯੂਨੋ ਕਿਉਂਕਿ ਦੋਨੋਂ ਤੁਸੀਂ ਦੋਨੋਂ ਜਾਣਦੇ ਹੋ, ਕੋਈ ਹੋਰ ਦੂਜਾ ਜਾਣ ਨਹੀਂ ਸਕਦਾ, ਤਾਂ ਕੋਈ ਇੱਦਾਂ ਦੀ ਗੱਲ ਹੋਈ ਸੀਗੀ ਜਿੱਥੇ ਬਚਨ ਬੇਦੀ ਸਾਹਿਬ ਨੂੰ ਲੱਗਿਆ ਕਿ ਯਾਰ ਮੇਰਾ ਪੁੱਤ ਹਾਂ ਯਾਰ ਹੁਣ ਵੱਡਾ ਹੋ ਗਿਆ, ਹੁਣ ਸਮਝਦਾਰ ਹੋ ਗਿਆ, ਹੁਣ ਇਹ ਜ਼ਿੰਮੇਵਾਰੀ ਆਪਣੇ ਕੰਮ ਦੀ ਸੰਭਾਲ ਸਕਦਾ ਗਾਣਿਆਂ ਤੋਂ ਬਾਅਦ? ਜਦੋਂ ਮੈਂ ਇਹਦੀ ਪਹਿਲੀ ਮੂਵੀ ਦੇਖੀ ਸੀ ਮੁੰਡਾ ਸਾਊਥ ਹਾਲ ਦਾ, ਉਦੋਂ ਸੁੱਖ ਮੇਰੇ ਕੋਲ ਬੈਠੇ ਸਨ, ਉਦੋਂ ਮੇਰੀਆਂ ਅੱਖਾਂ ਵਿੱਚ ਹੰਝੂ ਆਏ ਸੀ, ਖੁਸ਼ੀ ਦੇ ਹੰਝੂ, ਕਿਉਂਕਿ ਅਰਮਾਨ ਨੇ ਉਹਦੇ ਵਿੱਚ ਸਹੀ ਐਕਟਿੰਗ ਕੀਤੀ ਸੀ। ਕਿਉਂਕਿ ਮੈਨੂੰ ਇਹੀ ਡਰ ਸੀ, ਮੈਂ ਯਾਰ ਕੱਚਾ ਨਹੀਂ ਕੰਮ ਕਰਨਾ ਹੈਗਾ, ਹਲਕਾ ਨਾ ਲੱਗੇ, ਭਾਵੇਂ 4 ਸਾਲ ਬਾਅਦ ਕਰ ਲਿਆ, ਭਾਵੇਂ 5 ਸਾਲ ਬਾਅਦ ਕਰ ਲਿਆ, ਪਰ ਇਹਨੇ ਮਿਹਨਤ ਕੀਤੀ ਔਰ ਬਹੁਤ ਵਧੀਆ ਕੰਮ ਕੀਤਾ। ਅਤੇ ਸੁੱਖ ਨੇ ਨਾ ਜ਼ਿੰਦਗੀ 'ਚ ਨਾ ਮਤਲਬ ਕਿ ਨਾ ਜਿਹਦਾ ਵੀ ਸਾਥ ਦਿੱਤਾ ਬਈ ਦਿਲ ਤੋਂ ਦਿੱਤਾ ਆ, ਹੈ ਨਾ। ਅਤੇ ਮੈਂ ਨਾ ਦੂਜੀ ਫਿਲਮ ਤੁਸੀਂ ਸੁੱਖ ਨਾਲ ਕੀਤੀ ਆ, ਤਾਂ ਮੈਂ ਨਾ ਇਸ ਪੂਰਾ ਸਨੈਰੀਓ ਸਮਝ ਪਾਉਂਦਾ, ਮੈਂ ਕਿਹਾ ਸੁੱਖ ਕਿੰਨਾ ਇਮੋਸ਼ਨਲੀ ਕਨੈਕਟ ਕਰ ਜਾਂਦਾ ਹੋਏਗਾ ਤੁਹਾਡੇ ਨਾਲ, ਕਿਉਂਕਿ ਇਹ ਯਾਰੀ ਵੀ ਹੈ ਇੱਕ ਤਰ੍ਹਾਂ ਦੀ, ਅਤੇ ਯਾਰੀ ਜਦੋਂ ਕੰਮ 'ਚ ਕਨਵਰਟ ਹੁੰਦੀ ਹੈ ਨਾ ਫਿਰ ਉਹ ਵਫ਼ਾਦਾਰੀ ਬਣ ਜਾਂਦੀ ਹੈ ਬਾਈ। ਤਾਂ ਜਿਹੜਾ ਸੁੱਖ ਨਾਲ ਕੰਮ ਕਰਨ ਦਾ ਅਰਮਾਨ ਜਿਹੜਾ ਤਜਰਬਾ ਸੀਗਾ, ਜਾਂ ਜੋ ਸੁੱਖ ਨੇ ਥੋੜ੍ਹੇ ਜਿਹੇ ਟਰੱਸਟ ਕਰਕੇ ਦੂਜੀ ਵਾਰ ਭਰੋਸਾ ਕਰਕੇ ਕੰਮ ਯੂਨੋ ਆਪਣੀ ਫਿਲਮ 'ਚ ਲਿਆ ਜਾਂ ਤੁਸੀਂ ਉਹਨਾਂ ਨਾਲ ਕੰਮ ਕੀਤਾ, ਤਾਂ ਇਹ ਯਾਰੀ ਭਰਾਵਾਂ ਵਰਗੀ ਕਿਵੇਂ ਦੀ ਆ? ਜਦੋਂ ਪਹਿਲੀ ਫਿਲਮ ਵੇਲੇ ਅਸੀਂ ਮਿਲੇ ਸੀਗੇ, ਮਿਲੇ ਤਾਂ ਚਲੋ 2-3 ਸਾਲ ਪਹਿਲਾਂ ਸੀ, ਇੱਕ ਵਾਰ 10-15 ਮਿੰਟ ਲਈ ਕਿਤੇ ਹੈਲੋ ਹਾਏ ਹੋਈ ਸੀ। ਪਹਿਲੀ ਫਿਲਮ ਦਾ ਜਿਹੜਾ ਐਕਸਪੀਰੀਅੰਸ ਰਿਹਾ ਸਾਡਾ, ਇੱਕ ਦੂਜੇ ਦਾ ਕੰਮ ਰਿਹਾ ਸਾਡਾ, ਜਿਹੜਾ ਪਿਆਰ ਬਣਿਆ, ਉਹ ਦੂਜੀ ਫਿਲਮ 'ਚ ਉਹ ਵੀਰਾਲਾ ਹੋ ਗਿਆ ਸੀ, ਮੇਰਾ ਵੱਡਾ ਭਰਾ ਅਤੇ ਮੈਂ ਉਹਦਾ ਛੋਟਾ ਭਰਾ, ਲਾਈਕ ਫੈਮਲੀ। ਸੋ ਵੀਰ ਨੇ ਮੈਨੂੰ ਇੰਨੀ ਸਪੋਰਟ ਕੀਤੀ, ਇੰਨਾ ਮੇਰੇ 'ਤੇ ਇੱਕ ਟਰੱਸਟ ਦਿਖਾ ਕੇ ਮੈਨੂੰ ਦੂਜੀ ਫਿਲਮ ਦਾ ਮੌਕਾ ਦਿੱਤਾ, ਉਹਨੂੰ ਵੀ ਮਾਣ ਸੀ, ਮਾਣ ਹੈ ਮੇਰੇ 'ਤੇ ਔਰ ਮੈਨੂੰ ਉਹ 'ਤੇ ਮਾਣ ਹੈ ਵੀਰੇ 'ਤੇ। ਬਹੁਤ ਮਿਹਨਤ ਕਰਦਾ ਬੰਦਾ ਉਹ, ਰਾਈਟ ਨਾ ਮੈਨੂੰ ਲੱਗਦਾ ਉਹ ਉਰੇ ਹਰ ਬੰਦੇ ਨੂੰ ਲੱਗਦਾ ਕਿ ਮੈਂ ਇੰਟਰਵਿਊਜ਼ ਕਰਾਂ, ਮੈਂ ਅੱਗੇ ਆਵਾਂ, ਉਹ ਰਾਈਟ ਨਾ ਉਹ ਮੂਵੀ 'ਤੇ ਕੰਮ ਕਰ ਰਿਹਾ ਵੀਰਾ। ਸੋ ਮੇਰੀ ਕੱਲ੍ਹ ਹੀ ਗੱਲ ਹੋਈ, ਕਹਿੰਦਾ ਵੀ ਤੂੰ ਆਉਣਾ, ਮੈਂ ਕਿਹਾ ਵੀਰੇ ਤੁਸੀਂ ਟਰਾਈ ਕਰੋ ਕਿ ਆਉਣਾ ਆਪਾਂ, ਜ਼ਰੂਰੀ ਆ। ਹੀ ਸੈਡ ਕਿ ਨਹੀਂ, ਮੇਰਾ ਕੰਮ ਬਹੁਤ ਜ਼ਰੂਰੀ ਆ, ਮੈਂ ਕੋਸ਼ਿਸ਼ ਕਰਦਾ ਆਉਣ ਦੀ, ਜੇ ਨਾ ਹੋਇਆ ਯੂ ਹੈਵ ਟੂ ਫਿਲ ਮਾਈ ਸ਼ੂਜ਼, ਲਾਈਕ ਹੈ ਨਾ ਇੱਦਾਂ ਵੀ ਤੁਸੀਂ ਜਾ ਕੇ ਮੈਨੂੰ ਮੇਰੇ ਵੱਲੋਂ ਗੱਲਾਂ ਕਰਨੀਆਂ ਨੇ, ਵੀ ਮੈਂ ਸੁੱਖ ਦੇ ਵੀ ਕਹਿੰਦਾ। ਸੋ ਉਹ
ਮਿਸ ਵੀ ਕਰ ਰਹੇ ਹਾਂ ਵੀਰੇ ਨੂੰ, ਔਰ ਨਾਲ ਨਾਲ ਗੱਲਾਂ ਵੀ ਕਰ ਰਹੇ ਹਾਂ ਵੀਰੇ ਨਾਲ, ਔਰ ਮੈਨੂੰ ਲੱਗਦਾ ਇੱਦਾਂ ਜਿਹੜਾ ਪਿਆਰ ਹੈ ਇੱਦਾਂ ਹੀ ਬਣਿਆ ਰਹੇ, ਇੱਦਾਂ ਹੀ ਸਾਡੀ ਜੋੜੀ ਬਣੀ ਰਹੇ, ਇੱਦਾਂ ਹੀ ਅਸੀਂ ਕੰਮ ਕਰਦੇ ਰਹੀਏ। ਮੈਂ ਨਾ ਇੱਕ ਚੀਜ਼ ਤੁਹਾਡੇ ਦੋਨਾਂ ਕੋਲ ਜਾਣਨੀ ਚਾਹੁੰਦਾ ਹਾਂ, ਚਲੋ ਫਾਦਰ ਸਾਹਿਬ ਤਾਂ ਹੁਣ ਕੋਲ ਬੈਠੇ ਆ, ਉਹਨਾਂ ਕੋਲ ਤਾਂ ਮੈਂ ਉਹਨਾਂ ਦੀ ਗੱਲ ਪੁੱਛ ਸਕਦਾ, ਬਟ ਮਦਰ ਕੋਲ ਨਹੀਂ ਹੈਗੇ, ਹੈ ਨਾ, ਤਾਂ ਜਦੋਂ ਤੁਹਾਡੀ ਵਾਈਫ ਅਤੇ ਅਰਮਾਨ ਤੁਹਾਡੇ ਮਾਤਾ ਜੀ ਜਦੋਂ ਤੁਸੀਂ ਯੂਨੋ ਡਿਸਕਸ਼ਨ ਕਰਦੇ ਹੋ ਕੰਮ ਬਾਰੇ ਜਾਂ ਜਦੋਂ ਕੋਈ ਜ਼ਿੰਦਗੀ 'ਚ ਉਹਨੂੰ ਗੱਲਬਾਤ ਜੀ ਕਰਦੇ ਹੋ, ਤਾਂ ਉਹ ਮੈਂ ਇੱਕ ਮੂਮੈਂਟ ਜਾਣਾ ਚਾਹੁੰਦਾ ਕਿ ਮਾਂ ਦੀ ਅੱਖਾਂ 'ਚ ਕਿੰਨਾ ਕਿ ਉਹਨੂੰ ਪਿਆਰ ਜਾਂ ਉਹ ਭਾਵੁਕ। ਮੈਨੂੰ ਤਾਂ ਇਹ ਲੱਗਦਾ ਅਸੀਂ ਡਿਸਕਸ ਕਰਦੇ ਵੀ, ਮੈਨੂੰ ਲੱਗਦਾ ਨਹੀਂ ਗੱਲ ਹੀ ਨਹੀਂ ਕਰਦੇ ਸੀ ਐਂ ਕਰਕੇ, ਅਸੀਂ ਆਪ ਹੀ ਕਰਦੇ ਅਸੀਂ ਆ, ਮਤਲਬ ਲਾਈਕ ਮੰਮੀ ਦੇ ਨਾਲ ਵੀ ਜਿਹੜਾ ਘਰੇ ਵਾਲਾ ਮਾਹੌਲ ਹੈ ਵੀ ਲਾਈਕ ਕਦੇ ਕਦੇ ਜਿਹੜਾ ਹੁੰਦਾ ਨਹੀਂ ਵੀ ਸ਼ੇਅਰ ਕਰਦੇ ਹਾਂ ਗੱਲਾਂ ਅਸੀਂ ਦਿਲ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਇਮੋਸ਼ਨਲ ਜਦੋਂ ਇਮੋਸ਼ਨਲ ਹੋਈਦਾ ਵੀ ਵੀ ਯਾਰ ਆਹ ਗੱਲ ਆਹ ਕਰਕੇ, ਹੈ ਨਾ, ਡੈਡੀ ਨਾਲ ਚਲੋ ਕੰਮ ਦੀ ਲਾਈਕ ਅਸੀਂ ਇੱਕ ਐਜ਼ ਏ ਫਰੈਂਡਸ ਵੀ ਵਰਤਦੇ ਹਾਂ ਵੀ ਆਪ ਡੈਡੀ ਆਹ ਚੱਲ ਰਿਹਾ ਕਰਨਾ, ਹੈ ਨਾ, ਫੈਮਲੀ ਨਾਲ ਐਂ ਵੀ ਅਰਮਾਨ ਹੋਣੀ ਜਦੋਂ ਇਮੋਸ਼ਨਲ ਹੁੰਦੇ ਆ ਜਾਂ ਫੈਮਲੀ ਉਦੋਂ ਹੀ ਵੱਧ ਖੁੱਲ੍ਹਦੇ ਆ, ਹੈ ਨਾ, ਉਹ ਮੰਮੀ ਹੋਣੀ ਤਾਂ ਚਲੋ ਉਹ ਮੈਨੂੰ ਲੱਗਦਾ ਜਦੋਂ ਟ੍ਰੇਲਰ ਹੁਣ ਅਸੀਂ ਪਾਉਣਾ ਯੂਟਿਊਬ 'ਤੇ ਉਹ ਵੀ ਉਦੋਂ ਵੀ ਅੱਖਾਂ ਉਹਨਾਂ ਦੀਆਂ ਇਮੋਸ਼ਨਲ ਹੋਣਗੇ। ਸਾਡੇ ਪਰਿਵਾਰ ਦੇ ਵਿੱਚ ਸਾਡਾ ਸਾਂਝਾ ਪਰਿਵਾਰ ਹੈ, ਉਹਦੇ ਵਿੱਚ ਮੈਂ 35 ਸਾਲ ਤੋਂ ਮੈਂ ਗਾਣੇ ਲਿਖ ਰਿਹਾ, ਉਹ ਕਦੇ ਵੀ ਲੇਡੀਜ਼ ਨੇ ਇਹ ਨਹੀਂ ਕਿਹਾ ਤੁਸੀਂ ਕੀ ਲਿਖ ਰਹੇ ਹੋ ਕੀ ਕਰ ਰਹੇ ਹੋ, ਜਦੋਂ ਗਾਣਾ ਆ ਜਾਂਦਾ ਉਦੋਂ ਸੁਣ ਲੈਂਦੀਆਂ ਨੇ, ਉਦੋਂ ਫਿਰ ਕਮੈਂਟ ਦਿੰਦੀਆਂ ਨੇ ਠੀਕ ਹੈ ਵਧੀਆ ਜਾਂਦਾ, ਵਧੀਆ ਟੀਵੀ 'ਤੇ ਚੱਲਦਾ ਵਧੀਆ, ਮਾਂ ਪਿਓ ਜੋ ਮਰਜ਼ੀ ਜਵਾਕ ਜਿਹਦਾ ਮਰਜ਼ੀ ਹੋਵੇ ਪਿਓ ਦੀ ਮਾਂ ਦੀ ਜਿਹੜੀ ਪਿੱਠ 'ਤੇ ਥਾਪੀ ਉਹ ਰਹਿੰਦੀ ਰਹਿੰਦੀ ਹੈ। ਮੈਂ ਜਦੋਂ ਮੈਂ ਫਾਦੇ ਫਾਦਰ ਨਾਲ ਤੁਰਦਾ ਜੇ ਮੈਨੂੰ ਪ੍ਰਾਊਡ ਐਜ਼ ਏ ਪ੍ਰਾਊਡ ਮੈਂ ਉਹਨਾਂ ਦੇ ਨਾਲ ਤੁਰਦਾ, ਮੈਂ ਉਦੋਂ ਅਰਮਾਨ ਬੇਦਲ ਨਹੀਂ ਹੋ ਕੇ ਤੁਰਦਾ, ਮੈਂ ਅਰਮਾਨ ਹੀ ਤੁਰਦਾ ਵੀ ਜਵਾਕ ਉਹਨਾਂ ਦਾ ਜਾ ਰਿਹਾ ਜਿਹੜਾ ਕਿ ਆਪਦੇ ਬਾਪ 'ਤੇ ਬਹੁਤ ਆਪਦੇ ਫਾਦਰ 'ਤੇ ਬਹੁਤ ਪ੍ਰਾਊਡ ਕਰਦਾ ਕਿ ਮੇਰੇ ਫਾਦਰ ਦੀ ਬਹੁਤ ਇੱਜ਼ਤ ਹੈ, ਲੋਕ ਪਿਆਰ ਕਰਦੇ ਆ, ਮੈਂ ਬਸ ਉਹੀ ਉਹਨਾਂ ਦਾ ਐਕਸਪੀਰੀਅੰਸ ਕਰਦਾ ਹਾਂ ਵੀ ਲੋਕ ਕਿੰਨਾ ਮੇਰੇ ਫਾਦਰ ਨੂੰ ਪਿਆਰ ਕਰਦੇ ਆ, ਕਿੰਨੇ ਜਿੱਦਾਂ ਹੁਣ ਵੀ ਸਰਦਾਰ ਸੋਈ ਸਾਹਿਬ ਮਿਲੇ, ਆਈ ਥਿੰਕ ਮਿਲੇ ਕਾਫੀ ਟਾਈਮ ਬਾਅਦ ਸੀ, ਜਦੋਂ ਮਿਲੇ ਨਾ ਉਹਨਾਂ ਦੇ ਜਿਹੜੇ ਐਕਸਪ੍ਰੈਸ਼ਨ ਦੇਖੇ ਮੈਂ ਕਰਕੇ ਵੀ ਕਿਹਾ ਉਹ ਮੇਰਾ ਯਾਰ ਆ ਗਿਆ ਪੁਰਾਣਾ ਯਾਰ ਆ ਗਿਆ, ਹੈ ਨਾ, ਸੋ ਬਹੁਤ ਵਧੀਆ ਲੱਗਦਾ ਉਦੋਂ ਇੱਕ ਬਸ ਉਦੋਂ ਬੱਚਾ ਹੀ ਇੱਕ ਜਿਹੜਾ ਬੱਚਾ ਹੁੰਦਾ ਉਹ ਆਪਦੇ ਫਾਦਰ ਨੂੰ ਦੇਖਦਾ ਯਾਰ ਮੇਰੇ ਫਾਦਰ ਨੂੰ ਕਿੰਨਾ ਪਿਆਰ ਹੈ, ਅਤੇ ਉਹੀ ਚੀਜ਼ ਮੈਂ ਆਪਦੇ ਮੋਢਿਆਂ 'ਤੇ ਮਹਿਸੂਸ ਕਰਦਾ, ਔਰ ਮੈਨੂੰ ਲੱਗਦਾ ਵੀ ਮੈਂ ਕੁਛ ਇੱਦਾਂ ਦੀ ਕੋਈ ਗੱਲਬਾਤ ਨਾ ਕਰਦਾ ਕਿ ਮੇਰੇ ਬਾਪ ਦੀ ਜਿਹੜੀ ਹੈਗੀ ਆ ਮੇਰੇ ਫਾਦਰ ਨੂੰ ਕੋਈ ਕੱਲ ਨੂੰ ਕਹਿ ਦੇ ਵੀ ਯਾਰ ਵੀ ਤੇਰਾ ਮੁੰਡਾ ਕੀ ਕਰੀ ਜਾਂਦਾ। ਯੈਸ ਬਾਈ, ਇੱਕ ਸ਼ੋਰਟ ਕਨਵਰਸੇਸ਼ਨ ਸੀਗੀ, ਤਾਂ ਅੱਗੇ ਹਲੇ ਜਿਵੇਂ ਜਿਵੇਂ ਇਵੈਂਟਸ ਹੁੰਦੇ ਜਾਣੇ ਅਸੀਂ ਹੋਰ ਮੁਲਾਕਾਤ ਕਰਾਂਗੇ, ਤਾਂ ਫਿਲਮ ਦੇ ਰਿਗਾਰਡਿੰਗ ਤਾਂ ਹੋਰ ਗੱਲਾਂ ਪਤਾ ਸਾਡੀਆਂ ਹੋਣੀਆਂ। ਬਿਲਕੁਲ ਬਿਲਕੁਲ, ਸੋ 18 ਅਕਤੂਬਰ ਨੂੰ ਫਿਲਮ ਆ ਰਹੀ ਹੈ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ, ਅੱਜ ਸਾਡਾ ਟ੍ਰੇਲਰ ਲਾਂਚ ਹੋ ਗਿਆ, ਸਾਰੇ ਜਾ ਕੇ ਟ੍ਰੇਲਰ ਦੇਖੋ, ਔਰ ਉਮੀਦ ਕਰਦਾ ਤੁਹਾਨੂੰ ਚੰਗਾ ਲੱਗੂ, ਜੇ ਚੰਗਾ ਲੱਗੂ ਸਾਡੀ ਫਿਲਮ ਨੂੰ ਸਪੋਰਟ ਕਰਿਓ, ਅਤੇ ਦੇਖਣ ਜ਼ਰੂਰ ਆਇਓ 18 ਅਕਤੂਬਰ ਨੂੰ ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ। ਥੈਂਕ ਯੂ ਭਾਈ। ਥੈਂਕ ਯੂ ਭਾਈ।